पंजाबी दे सूझवान ते सत्कारयोग दर्शको तुहाडे अपने हरमन प्यारे चैनल गेट पंजाबी ते इस ते जिहड़ा कि तुहाडा अपना प्रोग्राम आ विचार वटांदरा विद गेट पंजाबी ते जिन्ने भी स्रोते ने जिन्ने भी तुसी दर्शक हो प्यार बख्शदे हो सारयां नूं दोवें हथ जोड़ के प्यार भरी सति श्री अकाल बलवंत सिंह मल्ला वल्लों ते लओ रोज़ दी तरह तुहाडी इस जिहड़ा मंच आ उहदे उत्ते हाजरी लवाउण लई हाजिर होया ते परमात्मा करे कि अज दा वी जिहड़ा अपना इह मंच आ इह विचारां ने ਉਹ ਇੱਕ ਦੂਜੇ ਪ੍ਰਤੀ ਵਧੀਆ ਰਹਿਣ ਇੱਕ ਦੂਜੇ ਤੋਂ ਕੁਝ ਨਾ ਕੁਝ ਸਿੱਖ ਕੇ ਜਿਹੜਾ ਆਪਾਂ ਇਸ ਮੰਚ ਦੇ ਉੱਤੋਂ ਜਾਈਏ ਕੁਝ ਨਾ ਕੁਝ ਗ੍ਰਹਿਣ ਕਰੀਏ ਜਿਸ ਤਰ੍ਹਾਂ ਕਿ ਹਰ ਰੋਜ਼ ਇਹ ਪ੍ਰੋਗਰਾਮ ਜਿਹੜਾ ਤੁਸੀਂ ਵੇਖਦੇ ਹੋ ਸੋਮਵਾਰ ਤੋਂ ਸ਼ੁੱਕਰਵਾਰ ਰਾਤੀ 7 PM to 8 PM ਕੈਲੀਫੋਰਨੀਆ ਦੇ ਟਾਈਮ ਦੇ ਹਿਸਾਬ ਦੇ ਨਾਲ ਅਤੇ ਉਸ ਤਰ੍ਹਾਂ ਹੀ ਮੇਰੀ ਇਹ ਕੋਸ਼ਿਸ਼ ਆ ਕਿ ਚੋਣਾਂ ਦਾ ਟਾਈਮ ਜਿਹੜਾ ਚੋਣਾਂ ਦਾ ਸਮਾਂ ਚੱਲ ਰਿਹਾ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਤੇ ਤਬਦੀਲੀ ਜਿਹੜੀ ਆ ਉਹ किस तरह की आएगी वह समा दसेगा पर इस प्रोग्राम दे विच आपां जो भी गलबात करनी आ ते काफ़ी हद तक जिहड़ा वह जिहड़ा हर एक पासे जिहड़ियां चोणां नूं लैके गल्लां बातां हो रही ने ते अज जिहड़ी आपां इस मंच दे उत्ते गलबात करनी आ साडे नाल अज बहुत ही साडे सत्कारयोग वीर जी ने जिहड़े नरिंद्रपाल सिंह जी हुंदल ਜਿਹੜੇ ਕਿ ਇੱਕ ਜਿਹੜਾ ਕਿ ਅਖਬਾਰ ਇਹਨਾਂ ਦਾ ਉਹਦੇ ਵੀ ਇਹ ਮੁੱਖ ਜਿਹੜੇ ਸੰਪਾਦਕ ਨੇ ਵੀਕਲੀ ਇੰਡੋ ਅਮੈਰੀਕਨ ਟਾਈਮਸ ਜਿਹੜਾ ਕਿ ਹਫ਼ਤਾਵਾਰੀ ਇੰਡੋ ਅਮੈਰੀਕਨ ਟਾਈਮਸ ਦੇ ਇਹ ਮੁੱਖ ਸੰਪਾਦਕ ਨੇ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਾਈਸ ਪ੍ਰੈਜੀਡੈਂਟ ਯਾਨੀ ਕਿ ਮੀਤ ਪ੍ਰਧਾਨ ਅਮੈਰੀਕਾ ਤੋਂ ਇਹ ਡਿਊਟੀ ਕਰ ਰਹੇ ਨੇ ਆਪਣੀ ਜਿਹੜੀ ਪਾਰਟੀ ਦੇ ਪ੍ਰਤੀ ਜੋ ਵੀ ਗਤੀਵਿਧੀਆਂ ਜੋ ਵੀ ਡਿਊਟੀਆਂ ਇਹਨਾਂ ਨੂੰ ਲਗਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਇਹ ਪਹਿਰਾ ਦੇ ਰਹੇ ਨੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਪਿਆਰੇ ਦਰਸ਼ਕੋ ਤੁਹਾਨੂੰ ਮੈਂ ਦੋਵੇਂ ਹੱਥ ਜੋੜ ਕੇ ਇੱਕ ਗੁਜ਼ਾਰਿਸ਼ ਜ਼ਰੂਰ ਬੇਨਤੀ ਜ਼ਰੂਰ ਕਰੂੰਗਾ ਕਿ ਜੋ ਵੀ ਕਿਸੇ ਨੇ ਸਵਾਲ ਪੁੱਛਣਾ ਵਾ ਹੁੰਦਲ ਸਾਹਿਬ ਹੁਣਾਂ ਤੋਂ ਕਿਸੇ ਵੀ ਜਿਹੜਾ ਕਿ ਤੁਹਾਡੇ ਮਨ ਦੇ ਵਿੱਚ ਹੈ ਕਿ ਇਹ ਸਵਾਲ ਪੁੱਛਣਾ ਜ਼ਰੂਰੀ ਬਣਦਾ ਉਹ ਵਿਸ਼ੇ ਦੇ ਆਧਾਰ 'ਤੇ ਤੁਸੀਂ ਪੁੱਛ ਸਕਦੇ ਹੋ ਕੋਈ ਪਰਸਨਲ ਆਇਡੈਂਟੀ 'ਤੇ ਅਟੈਕ ਕਰਕੇ ਜੇ ਕੋਈ ਸਵਾਲ ਤੁਸੀਂ ਪੁੱਛੋਗੇ ਤਾਂ ਉਹ ਇਜਾਜ਼ਤ ਨਹੀਂ ਦਿੰਦਾ ਇਹ ਮੰਚ ਕਿ ਤੁਸੀਂ ਕੋਈ ਪਰਸਨਲ ਤੌਰ 'ਤੇ ਵਿਸ਼ੇ ਤੋਂ ਹਟ ਕੇ ਜੇ ਕੋਈ ਸਵਾਲ ਕਰੋਗੇ ਤਾਂ ਮੈਂ ਮਾਫ਼ੀ ਚਾਹਾਂਗਾ ਕਿ ਉਹ ਸਵਾਲ ਤੁਹਾਡਾ ਨਹੀਂ ਜਿਹੜਾ ਲਿਆ ਜਾਵੇਗਾ ਹਾਂ ਜਿਹੜਾ ਹੈ ਇੱਕ ਇਹ ਜੇ ਵਿਸ਼ੇ ਦੇ ਉੱਤੇ ਜੋ ਅੱਜ ਆਪਾਂ ਗੱਲਬਾਤ ਸ਼ੁਰੂ ਕਰਨੀ ਆ ਉਹਦੇ ਉੱਤੇ ਤੁਸੀਂ ਸਵਾਲ ਆ ਜਿਹੜਾ ਉਹ ਨਰਿੰਦਰਪਾਲ ਸਿੰਘ ਜੀ ਹੁੰਦਲ ਹੋਣਾਂ ਨੂੰ ਤੁਸੀਂ ਪੁੱਛ ਸਕਦੇ ਹੋ ਇਹ ਤੁਹਾਡਾ ਜਵਾਬ ਦੇਣਗੇ ਤੁਸੀਂ ਕਾਲ ਕਰ ਸਕਦੇ ਹੋ 516-825-0006 ਦੇ ਉੱਤੇ ਅਤੇ ਪਹਿਲਾਂ ਤਾਂ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਆ ਜੋ ਸਥਿਤੀ ਬਣੀ ਹੋਈ ਆ ਉਹਦੇ ਉੱਤੇ ਆਪਾਂ ਵਿਚਾਰਾਂ ਕਰਨੀਆਂ ਨੇ ਅਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਨਰਿੰਦਰਪਾਲ ਹੁੰਦਲ ਜੀ ਮੇਰੇ ਵੱਲੋਂ ਮੇਰੇ ਗਿੱਟ ਪੰਜਾਬੀ ਦੇ ਸਾਰੇ ਸਟਾਫ ਵੱਲੋਂ ਤੁਹਾਨੂੰ ਇਸ ਮੰਚ ਦੇ ਉੱਤੇ ਆਉਣ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਤੁਸੀਂ ਇਸ ਮੰਚ ਦੇ ਉੱਤੇ ਆਪਣਾ ਕੀਮਤੀ ਜਿਹੜਾ ਸਮਾਂ ਕੱਢ ਕੇ ਅੱਜ ਆਏ ਹੋ ਸਾਡੇ ਨਾਲ ਜੁੜੇ ਹੋ ਸਾਡੇ ਦਰਸ਼ਕਾਂ ਦੇ ਜਿਹੜਾ ਰੂਬਰੂ ਹੋਏ ਹੋ ਅੱਜ ਆਪਾਂ ਗੱਲਬਾਤ ਸ਼ੁਰੂ ਕਰਨੀ ਆ ਅਤੇ ਪਹਿਲਾਂ ਤਾਂ ਗੁਰਫਤਿਹ ਸਾਂਝੀ ਕਰੋ ਜੀ ਸਾਡੇ ਸਾਰੇ ਦਰਸ਼ਕਾਂ ਦੇ ਨਾਲ ਪਿਆਰੇ ਦਰਸ਼ਕੋ ਇਹ ਹਰਿੰਦਰਪਾਲ ਸਿੰਘ ਜੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਰਦਾਰ ਬਲਵੰਤ ਸਿੰਘ ਜੀ ਮੱਲਾ ਸਾਹਿਬ ਦਾ ਅਦਾਰਾ ਗੈਟ ਪੰਜਾਬੀ ਦੇ ਸਮੂਹ ਕਾਰਕੁਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਸਮੂਹ ਦਰਸ਼ਕ ਜੋ ਦੁਨੀਆ ਭਰ ਦੇ ਵਿੱਚ ਗੈਟ ਪੰਜਾਬੀ ਚੈਨਲ ਦੇ ਰਾਹੀਂ ਅੱਜ ਦਾ ਇਹ ਪ੍ਰੋਗਰਾਮ ਦੇਖ ਰਹੇ ਹਨ ਸਾਰਿਆਂ ਨੂੰ ਮੈਂ ਨਿਮਰਤਾ ਸਹਿਤ ਹੱਥ ਜੋੜ ਕੇ ਸਤਿਕਾਰ ਸਹਿਤ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਤੁਸੀਂ ਅੱਜ ਸਾਨੂੰ ਮੌਕਾ ਦਿੱਤਾ ਜੀ ਥੈਂਕ ਯੂ ਜੀ ਹੁੰਦਲ ਸਾਹਿਬ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਜਿਹੜਾ ਤੁਹਾਡਾ ਇਹ ਜੀਵਨ ਆ ਜਿਹੜਾ ਕਿ ਜ਼ਿੰਦਗੀ ਤੁਹਾਡੀ ਇਹ ਕਦੋਂ ਤੋਂ ਤੁਸੀਂ ਜਿਹੜੀ ਇਸ ਜਿਹੜੀ ਆਪਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਆ ਜਿਹੜੀ ਕਦੋਂ ਤੱਕ ਇਹ ਕਦੋਂ ਤੁਸੀਂ ਸ਼ੁਰੂ ਕੀਤਾ ਆਪਣਾ ਜਿਹੜੀ ਇਹ ਸਫ਼ਰ ਇਹ ਕਦੋਂ ਪਾਰਟੀ ਤੁਸੀਂ ਜੁਆਇਨ ਕੀਤੀ ਕਿੰਨੇ ਸਾਲ ਹੋ ਗਏ ਮੱਲਾ ਸਾਹਿਬ ਇਸ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਮੇਰਾ ਜਨਮ ਪੰਥਕ ਪਰਿਵਾਰ ਦੇ ਵਿੱਚ ਹੋਇਆ ਮੈਂ ਆਪਣੇ ਨਾਨਕੇ ਪਿੰਡ
मालपुर दे विच जन्मिया 1955 ते मेरे सत्कारयोग नाना जी सरदार अजीत सिंह मालपुरी फौज विच रिटायर होने तो बाद 1920 तो ही श्रोमणी अकाली दल दे नाल जुड़े हुए सन। तो मेरा जो जन्म होया 1955 उस वेले भी श्रोमणी अकाली दल वालों पंजाबी सूबे दे विच मोर्चा जो लगाया होया सी उस विचों जेल यात्रा करन गए हुए सन। 1960 विच पंजाबी सूबे का फिर मोर्चा लग्या उदों मैं सुरत संभाली हुई सी। अपने सुरत संभालण तो लैके मैं देखता रहा कि साढ़े घर गढ़ शंकर दे विच पंथ दे उस वेले दे बहुत वड्डे वड्डे लीडर सत्कारयोग मास्टर तारा सिंह जी, संत फतेह सिंह जी, जथेदार मोहन सिंह जी तोड़, संत हरचंद सिंह जी लौंगोवाल अक्सर साढ़े घर आया करते सन। तो मैनू बचपन तो उन्हां दी सेवा करन दा सुभाग प्राप्त हुंदा रहा। जदों 1972 विच मैं 17 साल का सी तां सिख कौम दे शहीद सिख मिशनरी कॉलेज अमृतसर दे विच मैनू विद्या प्राप्त करन दा सुभाग प्राप्त होया। 1972 तो 74 तक मैं उत्थे सिख कौम दे प्रचारक दी ट्रेनिंग लई अते 1975 तो लैके श्रोमणी गुरद्वारा प्रबंधक कमेटी दे विच बतौर प्रचारक सेवा निभाउंदा रहा। 1984 विच फिर मैं बाहर आया, पहलों इंग्लैंड, फिर कैनेडा ते अमरीका पहुँचा। मैं बचपन तो लैके श्रोमणी अकाली दल दे नाल जुड़िया होया और 1975 दी एमरजेंसी दे मोर्चे तो लैके 1982 दे धर्मयुद्ध मोर्चे दे दरम्यान मैं खुद जेल यात्रा भी की, जथे लैके भी जाते रहे और स्टेजा के उत्ते भी श्रोमणी अकाली दल के प्रोग्रामों प्रचार कर रहा, जिस करके श्रोमणी अकाली दल के इतिहास नाल भी मेरी बहुत डूंगी वाकफियत है। अते मैं जाति तौर पर भी श्रोमणी अकाली दल दे विच काम किया और मैनू इस गल का भी माण हासिल आ कि पंथ रतन श्रीमान जथेदार गुरचरण सिंह जी टौड़ा दे आशीर्वाद का सदका मैं उन्हां दी उंगल फड़ के सिख पंथ की सेवा करता रहा। तो मैनू उन्हां दे बहुत ही नेड़ दे साथियों दे विच बैठन का मौका मिलता रहा। मैं बेनती करांगा कि श्रोमणी अकाली दल दे किसी भी संबंध दे विच तुसीं जो भी मेरे को सवाल पुछोगे मैं विस्तार नाल उस दे बारे जिक्र करांगा। थैंक यू जी, थैंक यू, बहुत बहुत धन्यवाद कि तुहाडी तुसीं इजाजत दित्ती सानू ये सवाल जवाब करन दी ते साडे स्रोतां दे नाल जिहड़ा अपना टाइम आ जिहड़ा उह जिहड़ा आपां अज बतीत करना आपां गल्लबात करनी है। जिस तरह कि हुंदल साहब तुहाडा इह बचपन दा तजर्बा, तुसीं श्रोमणी अकाली दल दे विच शुरू तों लैके इक कहिंदे हुंदे गुड़ती जिहड़ी तुसीं लई उस तों बाद वड्डे हो के भी अज तक जिहड़ी सेवा इह ऐन निरंतर निभा रहे हो, क्योंकि पुराने जिवें कहिंदे हुंदे आ वी श्रोमणी अकाली दल दे मैंबर ते अज नवीं पीढ़ी दा भी कुछ फर्क आ, उह नैचुरली आ कि क्योंकि समां जिहड़ा समें दे मुताबिक काफ़ी कुछ बदल गया। पर जो अज गल्लां जिहड़ियां आपां नूं जिहड़ियां मीडिया राहीं ला लो जां ऊं वेखण नूं जिहड़ियां सुणन नूं मिल रहीआं कि जिस तरह कि हुण कल दी गल ही ला लो कि जिहड़ा मनप्रीत बादल आ जिहड़े कि PPP दे पार्टी दे मुख कार्यकर्ता ने उन्होंने कांग्रेस के नाल जो समझौता किया, 2-3 दिन पहला उन्होंने अनाउंस करता कि यह जिहड़ा बाजवा साहब भी कहिंदे आ वी साडे नाल इह जुड़ गए ने, ते बठिंडे वाली सीट तो जिहड़ा उन्होंने चोण आ जिहड़ी लड़नी जिथों कि हरसिमरत कौर बादल चोण लड़ रहे ने MP दी। ते आम जिहड़ियां जिहड़ियां गल्लां सानूं सुणन च मिल रहीआं कि उन्हां दा कहना कांग्रेसी ला लो जां PP वर्क ला लो इस मनप्रीत दे जाण दे नाल कांग्रेस दे विच बादल सरकार हिल गई आ, उन्हां ते काफ़ी जिहड़ा झंझोड़े गए आ, फिगर पै गया। ये तुसीं एक उस अकाली दल पार्टी दे नाल बहुत नेड़ला रिश्ता रखते हो, काफ़ी डंग्याई दे विच ते बारीकी दे विच तुसीं सब कुछ जानते हो, किन्ने क झंझोड़े गए अकाली, किन्ना क फर्क पऊगा जां आउण वाले समें दे विच इह जिहड़ी इक जुटता जिहड़ी उहने कीती आ ਉਹ ਅਕਾਲੀਆਂ ਲਈ ਕਿੰਨਾ ਕੁ ਖਤਰਨਾਕ ਸਾਬਤ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਆਪਣਾ ਮੱਲਾ ਸਾਹਿਬ ਅਤੇ ਗੈਟ ਪੰਜਾਬੀ ਦੇ ਦਰਸ਼ਕੋ, ਮੈਂ ਇਸ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕਹਿਣੀ ਚਾਹਾਂਗਾ
कि मनप्रीत बादल जदों बतौर खजाना मंत्री पंजाब सरकार दे विच विचर रहे सन उस वेले पता नहीं किस कांग्रेस के लीडर ने उन्होंने कन दे विच ये फूक मार दिती कि मनप्रीत तू तो बहुत सियाना लीडर आ ते जे तू अकाली दल दे विचों बगावत करें ते तू पंजाब दा मुख्यमंत्री बन सकदा। उस भरम भुलेखे दे अधीन उन्हें अकाली दल छड्या अपनी पीपी पार्टी बनाई और वह इलैक्शन भी कांग्रेस ने इस करके ही उन्हों लड़ाई सी कि मनप्रीत बादल अकाली दल का नुकसान करेगा। लोगों ने देखा कि मनप्रीत खुद दो सीटा तो खड़ा सी, दो सीटा तो तीसरे नंबर पर आया तो उसने अपने सत्कारयोग पिता जी नूं सरदार गुरदास सिंह बादल नूं अपने बड़े भाई सरदार प्रकाश सिंह बादल के मुकाबले जो असैम्बली लई लंबी तो खड़ा किया तो लोग कहिंदे सी कि हुण प्रकाश सिंह बादल बुरी तरह हारूगा क्योंकि गुरदास सिंह बादल दे करके ही प्रकाश सिंह बादल इलैक्शन जितते रहे आ। ते दर्शकों ने यह गल बड़े ध्यान नाल उदों सुनी और रिजल्ट बाद विच देखे कि गुरदास सिंह बादल की जमानत जब्त हुई तो मनप्रीत सिंह बादल दोनों सीटों के उत्तों तीसरे नंबर पर आया। तो हुण भी कांग्रेस के नाल जिहड़ा समझौता होया मैं ये समझदा कि मनप्रीत बादल पहला भी कांग्रेस के इशारे उत्ते ही सारी गेम खेड रहे सन तो हुण भी उन्होंने कांग्रेस के इशारे उत्ते ही कांग्रेस नाल समझौता करके मैदान दे विच कुदण दा यतन किया तो इस दा कोई फर्क नहीं पैना अकाली दल नूं। पिछली बार कैप्टन अमरिंदर सिंह दा लड़का उत्थों 1 लाख तो वध वोटां दे फर्क नाल हारिया सी ते मैं दावे नाल कह सकदा कि मनप्रीत बादल रणिंदर सिंह नालों भी वध वोटां दे फर्क नाल इस बार बठिंडे तो इलैक्शन हारूगा तो उसका भविख जिहड़ा आ वह बिल्कुल खत्म होगा तो उसनू कांग्रेस की बुकल विच ही जाना पेगा। जी जी प्यारे दर्शकों हुंदल साहब उन्होंने अपने जिहड़े सवाल जवाब आ वह जारी रहेंगे। तुसी भी कॉल करके कोई भी सवाल पूछना चाहते हो पूछ सकते हो हुंदल साहब नूं। नंबर है 516-825-0006 दे उत्ते कॉल करके तुसी कोई भी सवाल पूछना चाहो पर विषय के आधार के उत्ते सवाल तुहाडा होना चाहिए। कृपा करो लैंग्वेज वधिया वरत्यो क्योंकि शाम का टाइम हर एक अपने अपने रंग में रंगया होया पर विशा बड़ा यह वधिया अज आप लैके आए हैं गलबात निरपक्ष रूबरू हो रही है तो वधिया ही परमात्मा करे कि आप एक दूजे का कम्यूनीकेशन बनाई रखा। लो लैने थोड़ी कॉल जान दें तो बच्चा। हैलो सत श्रीकाल जी। हैलो 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 सत श्रीकाल जी। हाँ जी वीर जी कौन बोल रहे हैं जी कितों बोल रहे हैं जी। हैलो वीर जी थोड़ी कॉल लग गई है प्लीज गलबात जारी रखो तुसी। हैलो चलो शायद मेरे ख्याल च फोन कटिया गया। प्यारे दर्शको जो भी थोड़ी कॉल लग जाती होंगी प्लीज वॉल्यूम है जोड़ा वह टीवी का घट कर दिया करो ता कि गलबात साढ़े तक तो होर दर्शकों तक जी सी हो सके। तो हुंदल साहब जिस तरह के आम तौर पर जी बादल सरकार आ जी बीजेपी के नाल गठजोड़ के नाल बनी आते आप होर भी सवाल थोड़े तो साझे करने ने पर लेनी एक ब्रेक ब्रेक तो बाद मुड़ हाजिर होवे तो सांझे मंच के उत्ते जानने लिए तो विचार ते करांगे हुंदल साहब दे नाल होर सांझियां गल्लां। मिलदे इक छोटे जे ब्रेक तों बाद। जसप्रीत सिंह अटर्नी एट लॉ फॉर ऑल योर इमिग्रेशन मैटर्स असाइलम केस डेपोर्टेशन फैमिली लॉ डाइवोर्स बैंकरप्सी एंटरटेनमेंट वीजास ग्रीन कार्ड एक्सेट्रा प्लीज कॉन्टैक्ट द लॉ ऑफिस ऑफ जसप्रीत सिंह। With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448.
ਸ਼ਾਹ ਜੁਐਲਰ ਹਰ ਕਿਸੇ ਦੀ ਪਹਿਲੀ ਪਸੰਦ ਵੈਸਟਰਨ ਤੇ ਟ੍ਰੈਡੀਸ਼ਨਲ ਜੁਐਲਰੀ ਦੀ ਵੈਰਾਈਟੀ ਦੀ ਹੈ ਪਰਮਾਰ ਹਰ ਤਰ੍ਹਾਂ ਦੀ ਪਾਰਟੀ ਵੈਡਿੰਗ ਓਕੇਸ਼ਨ ਲਈ ਤੁਹਾਨੂੰ ਕਰਦਾ ਹੈ ਤਿਆਰ ਨਾਲ ਹੀ ਅਵੇਲੇਬਲ ਹਨ 24 ਕੈਰਟ ਗੋਲਡ ਕੁਆਇਨਸ ਤੇ ਸਪੈਸ਼ਲ ਗਿਫਟਸ ਅੰਬਾ ਜੁਐਲਰਸ 3713 74th Street, Jackson Heights, New York. Phone 718-639-2300. Farm Fresh Produce and Grocery. Now fresh fruits, vegetables, spices, dairy products and grocery in competitive price. The whole new range to hardian daily needs like. Visit karo best offers lay farm fresh 10102 116th street richmond hill new york 11419 call 718-577-0022 apna bazaar cash and carry the biggest and the oldest grocery store in the town for all your daily groceries fresh produce fruits and vegetables More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. मैं गुरदीप सिंह संधू तुहाडा होम्योपैथिक कंसल्टेंट पिछले 26 साल होम्योपैथिक मैडिकल कॉलेज में पढ़ाने तो बाद 17 साल तो बे एरिए विच थोड़ी सेवा कर रहा हाँ होम्योपैथिक मेडिसिन ते ट्रीटमेंट दे रही बेसिक तौर पर हर आदमी नूं जाननियां बड़ियां जरूरी ने कि हर बीमारी की शुरुआत सब तो पहला एहसास तो होंदी है तुसी हर बीमारी के संबंध में ये गल्लां जान सको कि हो सकता है उहदे पिछे कारण की हो सकते हैं और उन्हों का निवारण किमें हो सकता है सौखे तरीके दे नाल ताके वो भयानक रूप धारण करने तो पहला ही छेती तो छेती वो ठीक हो सके मैं गुरदीप सिंह संधू तुहाडा होम्योपैथिक कंसल्टेंट 1192 ईस्ट सेंटा क्लारा स्ट्रीट सैन होजे दे उपर मेरा फोन नंबर 408-687-1899 ਕੈਲੀਫੋਰਨੀਆ ਦੀਆਂ ਟਰੱਕਿੰਗ ਕੰਪਨੀਆਂ ਵਿੱਚੋਂ ਇੱਕੋ ਇੱਕ ਤਜਰਬੇਕਾਰ ਤੇ ਭਰੋਸੇਯੋਗ ਨਾਮ SNS ਟਰੱਕਿੰਗ ਜੋ ਪਿਛਲੇ 20 ਸਾਲਾਂ ਤੋਂ ਤੁਹਾਡੀ ਸੇਵਾ ਕਰਦੀ ਆ ਰਹੀ ਹੈ ਸਾਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਡੈਡੀਕੇਟਡ ਰਨ ਲਈ ਤਜਰਬੇਕਾਰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ ਲੋਡ ਲਾਉਣ ਤੋਂ ਤੁਰੰਤ ਬਾਅਦ ਆਪਣਾ ਪੇਪਰ ਵਰਕ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤੇ ਆਪਣਾ ਚੈੱਕ ਲੈ ਕੇ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਜਾਓ ਵਧੇਰੇ ਜਾਣਕਾਰੀ ਲੈਣ ਲਈ ਕਾਲ ਕਰੋ ਬਾਈ ਜੀ ਨਾਜਰ ਸਹੋਤਾ ਤੇ ਸਟੀਵ ਢਿੱਲੋਂ ਨੂੰ 5962788131 ਉੱਤੇ ਪੰਜਾਬੀਆਂ ਦੀ ਪਾਪੂਲਰ ਡਿਮਾਂਡ ਨੂੰ ਦੇਖਦਿਆਂ ਸਾਮਰਾ ਪ੍ਰੋਡਿਊਸ ਐਕਸਪ੍ਰੈਸ ਖੁੱਲ ਗਿਆ ਹੁਣ ਆਰਟੀਸੀਆ ਕੈਲੀਫੋਰਨੀਆ ਵਿੱਚ ਫਰੈਸ਼ ਸੀਜ਼ਨਲ ਵੈਜੀਟੇਬਲਸ ਫਰੂਟਸ ਤੇ ਇੰਡੀਅਨ ਗਰੋਸਰੀਜ਼ ਦਾ ਖਜ਼ਾਨਾ Everyday fresh produce directly from the farm. Religious events ते restaurants ले special prices. For shipping all over USA and Canada, call 213-486-0086. Samra Produce, number one wholesale distributor पूरे America ते Canada विच. This ad is sponsored by Samra Produce. Tax Raja. We are tax planners, not just tax preparers. Tax Raja कोल तजुर्बेकार CPAs. tax planners ate tax preparers han assi individual te business tax returns income tax filing bookkeeping payroll financial statement free e-file free tax advice free review te irs representation karde ha jaldi tax file karo ate jaldi refund pao tax raja
taxi, limousine, construction veera lai ate naal hi naal self employed lai special price. We have multiple locations. Aaj hi call karo 718-880-1992. ਗੈਟ ਪੰਜਾਬੀ ਦੇ ਸੂਝਵਾਨ ਤੇ ਸਤਿਕਾਰਯੋਗ ਦਰਸ਼ਕੋ ਬ੍ਰੇਕ ਤੋਂ ਬਾਅਦ ਹਾਜ਼ਰ ਹੋਏ ਹਾਂ ਲੋਕ ਕਰਦੇ ਹਾਂ ਤੁਹਾਡੇ ਨਾਲ ਵਿਚਾਰਾਂ ਤੇ ਲੈਣੇ ਤੁਹਾਡੀ ਕਾਲਸ ਤੇ ਨਾਲੇ ਹੁੰਦਲ ਸਾਹਿਬ ਹੋਣਾ ਦੇ ਨਾਲ ਵੀ ਆਪਣੀ ਗੱਲਬਾਤ ਜਾਰੀ ਰਹੇਗੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲਦੇ ਆ ਜੀ ਕਿੱਥੋਂ ਬੋਲ ਰਹੇ ਹੋ ਜੀ ਮੈਂ ਟਰੱਕ ਤੋਂ ਬੋਲਦੇ ਹਾਂ ਜੀ ਰੇਸ਼ਮ ਸਿੰਘ ਢੀਂਡਸਾ ਹਾਂਜੀ ਰੇਸ਼ਮ ਸਿੰਘ ਜੀ ਤੁਹਾਡਾ ਸਵਾਗਤ ਆ ਜੀ ਕੀ ਪੁੱਛਣਾ ਚਾਹੁੰਦੇ ਆ ਜੀ ਹੁੰਦਲ ਸਾਹਿਬ ਤੋਂ ਹੁੰਦਲ ਸਾਹਿਬ ਮੇਰੇ ਬੜੇ ਅਜ਼ੀਜ਼ ਦੋਸਤ ਨੇ ਮੇਰੇ ਛੋਟੇ ਭਰਾ ਨੇ ਜੀ ਜੀ मैं इना बहुत लंबे समय तो ए मेरे बारे भी जानते ने मैं इना बारे भी जानता क्योंकि इन्हें एजुकेशन अकाली दल लई है और अकाली दल ना ये इना का मोह इना हैगा कि छड नहीं सकते भावे वो अकाली दल हुण अकाली दल नहीं रहा हुण अकाली दल एक चोरा दे हथ च आ गया जेड़ा कि वो नहीं इन बख्श सकते मैं हंदल साहब नूं भी कई बार बेनती की है छोटे भाई उन्होंने थोड़ा जिहा तुसी अपने आप जी क्योंकि तुसी उस हिस्ट्री नूं बहुत चंगी तरह जानते हो जो अकाली दल ने बनाई सी तो कड़ा प्रसाद दे पैसे तो लैके हर चीज नूं ओह खा रहे ने कित्थे तक निभूगा किन्ना कु पैसा उन्हें इकट्ठा होर करना हैगा जे जे भरा नूं भरा ने अकाली दल नूं विछोड़ दिता बादल ते उहनां दे छोटे भाई साहब जो भी हैगे आ हुण मनप्रीत ते छोटे सी एम जिहड़े हैगे आ उहनां नूं उहनां ने विचों बिलकुल ही बेदखल कर दिता कि किन्ना कु होर इहनां ने इकट्ठा करना हैगा कि किन्ना कु रेशम सिंह जी इस गल का जवाब जो अपने भाई साहब होनी देंगे हाँ जी की कहना चाहते हैं सरकार जो सरदार रेशम सिंह जी ढींडसा साहब वाहेगुरु जी का खालसा वाहेगुरु जी की फतेह जी बहुत बहुत धन्यवाद तुम बहुत सोहना सवाल अपने छोटे भरा किया जी मैं बेनती यह करा ढींडसा साहब सब तो पहला तो कि कई गल् अफवाह होंगे जड़ियाँ मीडिया के राही फैलदियां ते आपां नूं विदेशां विच बैठियां नूं ओह गल्लां बहुत वड्डियां लगदियां मनप्रीत सिंह बादल आप छड के गया पंजाब सरकार दे विचों देखो दो नंबर दी पोजीशन सी उहदे कोल खजाना मंत्री दी ते उहने आप छड्डिया बादल साहब ते उहदियां मिहनतां करदे रहे अपने भरा दियां वी हुण तां मिहनतां करी जांदे आ ते आप उह छड के गया जिवें तुसीं ते जाणदे हो इतिहास नूं ते जस्टिस गुरनाम सिंह मुख्यमंत्री सी पंजाब दे उन्हां नूं भी कांग्रेस दे किसे लीडर ने कहिंदे बुला के एक दिन रात नूं कन्न च फूक मार के कही भई जस्टिस साहब तुसीं बड़े स्याणे बंदे हो तुसीं इह कित्थे अनपढ़ साधां दे टोले दे विच फसे हो संत फतेह सिंह दी लीडरी तुसीं कबूल करी बैठे हो तुसीं बाहर आओ तुसीं नैशनल लैवल दे लीडर बणोगे अकाली दल चों बगावत करा के जस्टिस गुरनाम सिंह नूं मुख्यमंत्री हुंदिआं देखो अर्श तो फर्श से कांग्रेस ने सुटिया इसे तरह मनप्रीत सिंह बादल नूं भी मैं समझदा कांग्रेस ने अर्श तो फर्श दे उत्ते सुटिया हां साहब आप अगली कॉल लेंगे देखते हैं हैलो सत श्री अकाल जी हैलो हैलो कॉल मेरे ख्याल से ड्रॉप होगी हाँ जी हुंदल साहब एक जिस तरह के हर एक का अपना अपना विचार हर एक ने अपने अपने ਜਿਹੜੀ ਸੋਚ ਦੇ ਨਾਲ ਤੁਹਾਨੂੰ ਸਵਾਲ ਜਵਾਬ ਕਰਦੇ ਨੇ ਕਿ ਬਦਲਾਅ ਆ ਗਿਆ ਜੋ ਵਟਐਵਰ ਵੀ ਹੋਇਆ ਰਾਈਟ ਜਿਹੜਾ ਕਿ ਇੱਕ ਹੋਰ ਸਵਾਲ ਸਾਡੇ ਸਾਹਮਣੇ ਆਉਂਦਾ ਕਿ ਤਕਰੀਬਨ 7-7.5 ਸਾਲ ਹੋ ਗਏ ਬਾਦਲ ਸਰਕਾਰ ਨੂੰ ਅਤੇ ਬੀਜੇਪੀ ਦੀ ਸਰਕਾਰ ਨੂੰ ਇਕੱਠਿਆਂ ਕੰਮ ਕਰ ਅਤੇ ਇੱਕਜੁੱਟ ਹੋ ਕੇ ਇਹਨਾਂ ਨੇ ਸਰਕਾਰ ਬਣਾਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਾਅਵਾ ਕਰ ਰਹੇ ਨੇ ਇਹ ਕਿ ਅਸੀਂ ਸਰਕਾਰ ਆ ਜਿਹੜੀ ਸਾਡੀ ਵੀ ਬਣੂਗੀ ਅਤੇ ਜੋ ਵੀ ਹੈ ਪਰ ਜਿਹੜਾ ਇੱਕ ਗੁਰੂਆਂ ਦੀ ਧਰਤੀ ਪੀਰਾਂ ਦੀ ਧਰਤੀ ਪੈਗੰਬਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਬਲੀਆਂ ਦੀ ਧਰਤੀ ਜਿਹੜੀ ਕਿ ਪੰਜਾਬ ਦੀ ਧਰਤੀ ਨੂੰ ਸੋਨੇ ਦੀ ਧਰਤੀ ਆਖਿਆ ਜਾਂਦਾ ਸੀ ਉਹਦੇ ਉੱਤੇ ਅੱਜ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਦਰਿਆ ਵਗ ਰਿਹਾ ਜਿਹੜਾ ਕਿ ਸਮਝ ਨਹੀਂ ਆਉਂਦੀ ਕਿ ਜਿਹੜੇ ਦੋਸ਼ ਨੇ ਜਿਹੜੇ ਜਿੰਨੇ ਵੀ ਦੋਸ਼ ਲੱਗਦੇ ਆ ਜੀ ਕਿ ਇਹ
ਇਹ ਸਰਕਾਰ ਆਉਣ ਤੇ ਇਹ ਜਿਹੜਾ ਨਸ਼ੇ ਦਾ ਦਰਿਆ ਜ਼ਿਆਦਾ ਵਗਿਆ ਆਮ ਤੌਰ ਤੇ ਜੀ ਵੀ ਇਹ ਸਰਕਾਰ ਆਈ ਉਹਨੇ ਇਸ ਨੂੰ ਮਤਲਬ ਪਹਿਲ ਦਿੱਤੀ ਜਾਂ ਹੰਗਾਰਾ ਦਿੱਤਾ ਤੇ ਕਈ ਲੀਡਰਾਂ ਦੇ ਨਾਂ ਵੀ ਆ ਜਿਹੜੇ ਉਸ ਤਸਕਰੀ ਦੇ ਵਿੱਚ ਜਿਹੜੇ ਉਹ ਜੁੜ ਗਏ ਇਹਦੇ ਬਾਰੇ ਤੁਹਾਡਾ ਕੀ ਹੈ ਕਿ ਸਰਕਾਰ ਨੇ ਚੀਜ਼ ਨੂੰ ਸਹਿ ਦਿੱਤੀ ਜਾਂ ਕੰਟਰੋਲ ਨਹੀਂ ਹੋ ਰਿਹਾ ਜਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਰੇ ਤੁਹਾਡਾ ਕੀ ਹੈ ਕਿ ਕਿਉਂ ਨਹੀਂ ਇਹ ਕੰਟਰੋਲ ਹੋਇਆ ਉਹਨਾਂ ਤੋਂ ਹਾਲਾਂਕਿ ਹਰ ਇੱਕ ਗੱਲ ਉਹਨਾਂ ਦੇ ਨਾਲ ਲੱਗ ਰਹੀ ਹੈ ਕੋ ਮੇਰੀ ਜਾਣਕਾਰੀ ਦੇ ਮੁਤਾਬਕ ਮੱਲਾ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦੀ ਭਰਮਾਰ ਆ ਉਹ ਆਪਾਂ ਸਾਰੇ ਰੋਜ਼ ਅਖਬਾਰਾਂ ਵੀ ਪੜ੍ਹਦੇ ਹਾਂ ਜੀ ਜੀ ਟੈਲੀਵਿਜ਼ਨ 'ਤੇ ਵੀ ਦੇਖਦੇ ਹਾਂ ਇਹ ਜਿਹੜੀ ਨਸ਼ੇ ਦੀ ਬਹੁਤਾਤ ਆ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਾਹੀਂ ਪੰਜਾਬ ਦੇ ਵਿੱਚ ਲਿਆਂਦੀ ਜਾਂਦੀ ਆ ਜੀ ਜੀ ਅਤੇ ਜਿਹੜਾ ਬਾਰਡਰ ਆ ਪਾਕਿਸਤਾਨ ਦਾ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਆ ਕਿ ਬਾਰਡਰ ਦੇ ਉੱਤੇ BSF ਜਿਹੜੀ ਆ ਉਹ ਤਾਇਨਾਤ ਆ ਤੇ BSF ਦਾ ਕੰਟਰੋਲ ਜਿਹੜਾ ਆ ਉਹ ਸੈਂਟਰ ਗੌਰਮੈਂਟ ਦੇ ਕੋਲ ਆ ਆਪਾਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਫਲਾਣੇ ਬਾਰਡਰ ਦੇ ਉੱਤੇ 300 ਕਰੋੜ ਦੀ ਹੈਰੋਇਨ ਫੜੀ ਗਈ ਫਲਾਣੇ ਬਾਰਡਰ ਦੇ ਉੱਤੇ 100 ਕਰੋੜ ਦੀ ਫੜੀ ਗਈ ਆ ਤੇ ਆਪਾਂ ਨੂੰ ਇਹ ਵੀ ਪਤਾ ਕਿ BSF ਵਾਲੇ ਕਿਸ ਤਰ੍ਹਾਂ ਸਮਗਲਰਾਂ ਦੇ ਨਾਲ ਰਲ ਕੇ ਉਹ ਨਸ਼ਿਆਂ ਦੀ ਤਸਕਰੀ ਕਰਾਉਂਦੇ ਆ ਤੇ BSF ਦਾ ਜਿਹੜਾ ਕੰਟਰੋਲ ਆ ਉਹ ਸੈਂਟਰ ਦੇ ਕੋਲ ਹੋਣ ਦੇ ਕਰਕੇ ਪੰਜਾਬ ਦੀ ਜਿਹੜੀ ਸਟੇਟ ਦੀ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਸਜ਼ਾ ਨਹੀਂ ਦੇ ਸਕਦੀ ਬਦਲੀ ਨਹੀਂ ਕਰ ਸਕਦੀ ਸਖ਼ਤੀ ਨਹੀਂ ਕਰ ਸਕਦੀ ਅਤੇ ਉਸ ਤੋਂ ਅੱਗੇ ਜਦੋਂ ਨਸ਼ੇ ਆਉਂਦੇ ਆ ਉਹ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਉਹ ਨਸ਼ੇ ਇਸ ਵੇਲੇ ਚੱਲ ਰਹੇ ਆ ਹੁਣ ਤਾਂ ਪੰਜਾਬ ਦਾ ਕੋਈ ਵਿਰਲਾ ਹੀ ਪਿੰਡ ਹੋਊਗਾ ਜਿੱਥੇ ਇਸ ਤਰ੍ਹਾਂ ਦੇ ਇਹ ਨਸ਼ੇ ਜਿਹੜੇ ਆ ਉਹ ਪ੍ਰਭਾਵ ਨਹੀਂ ਕਰ ਚੁੱਕੇ ਲਓ ਜੀ ਆਪਾਂ ਕਾਲਜ ਲੈਂਦੇ ਹਾਂ ਕਾਲ ਦੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕੌਣ ਬੋਲ ਰਹੇ ਹੋ ਜੀ ਕਿੱਥੋਂ ਬੋਲ ਰਹੇ ਹੋ ਜੀ ਪ੍ਰਗਟ ਸਿੰਘ ਬਲ ਹਾਂਜੀ ਪ੍ਰਗਟ ਸਿੰਘ ਸੌਰੀ ਤੁਹਾਡਾ ਫੋਨ ਕੱਟਿਆ ਗਿਆ ਜੀ ਬਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਬਹੁਤ ਹੀ ਸਤਿਕਾਰਯੋਗ ਮੱਲਾ ਸਾਹਿਬ ਹੁੰਦਾ ਸਾਹਿਬ ਨੂੰ ਲੈ ਕੇ ਬੜਾ ਮਨ ਖੁਸ਼ ਹੋਇਆ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਇਹ ਤੋਂ ਵੇਖ ਕੇ ਲੱਗਦਾ ਹੈ ਕਿ ਅਜੇ ਅਕਾਲੀ ਦਲ ਜਿੰਦਾ ਜਾਗਦਾ ਮਰਨੀ ਆ ਤੇ ਤੁਹਾਨੂੰ ਪਹਿਲਾਂ ਤੇ ਬੜਾ ਤੁਸੀਂ ਗੱਟ ਪੰਜਾਬੀ ਵਾਲਿਆਂ ਦੇ ਬੜੇ ਧੰਨਵਾਦੀ ਆ ਕਿ ਅੱਜ ਸਿੱਖਾਂ ਦਾ ਸਵੇਰੇ ਨਵਾਂ ਸਾਲ ਹੈ ਤੁਸੀਂ ਇਹਦੀ ਵੀ ਥੋੜੀ ਜਿਹੀ ਵਧਾਈ ਦੇ ਪਾਤਰ ਜੇ ਸਾਰੀ ਸੰਗਤ ਨੂੰ ਵਧਾਈ ਮੇਰੇ ਵੱਲੋਂ ਜੀ ਥੈਂਕ ਯੂ ਜੀ ਥੈਂਕ ਯੂ ਬਲ ਸਾਹਿਬ ਥੈਂਕ ਯੂ ਵਧਾਈ ਜੀ ਸਭ ਨੂੰ ਚੰਗਾ ਹੁੰਦਾ ਤੁਸੀਂ ਸਾਰਿਆਂ ਨੂੰ ਵਧਾਈ ਦੇ ਗਏ ਤੇ ਅੱਜ ਸ਼ੁਰੂਆਤ ਹੀ ਇੱਥੋਂ ਕਰਦੇ ਹੋ ਅਕਾਲੀ ਦਲ ਨੇ ਤੇ ਸ਼੍ਰੋਮਣੀ ਕਮੇਟੀ ਨੇ ਇੰਨੀ ਪਿੱਛੇ ਲੈ ਗਈ ਉਹਨਾਂ ਨੂੰ ਪਤਾ ਹੀ ਨਹੀਂ ਗਿਆ ਕਿ ਸਾਡਾ ਅੱਜ ਸਵੇਰੇ ਨਵਾਂ ਸਾਲ ਚੜ੍ਹਨਾ ਚਾਹੇਦਾਰ ਹੋਣੇ ਹੀ ਆਏ ਗਏ ਪ੍ਰੋਗਰਾਮ ਦੇ ਤੇ ਉਹ ਵਧਾਈ ਦੇ ਕੇ ਗਏ ਗਏ ਰਿਕੁਐਸਟ ਵੀ ਕਰਕੇ ਗਿਆ ਕਿ ਜੇ ਤਾਂ 31 ਦਸੰਬਰ ਨੂੰ ਮਨਾਉਂਦੇ ਜੇ ਸਾਰੇ ਇਕੱਠੇ ਹੋ ਗਏ ਗੁਰਦੁਆਰਿਆਂ ਜਾ ਕੇ ਤੇ ਇਹ ਨਵਾਂ ਸਾਲ ਸਿੱਖਾਂ ਦਾ ਵੀ ਉੱਥੇ ਸ਼ੁਰੂਆਤ ਕਰੋ ਜੀ 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 ਤੇ ਤੁਹਾਨੂੰ ਵੀ ਨੀ ਚੇਤਾ ਤੁਸੀਂ ਜਦੋਂ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੇ ਵੇਖ ਲਓ ਵੀ ਕੌਮ ਨੂੰ ਕਿੱਥੇ ਜਾ ਕੇ ਖੜਾ ਕਰ ਦਿੱਤਾ ਉਹਨਾਂ ਨੂੰ ਆਪਣਾ ਦਿਨ ਵੀ ਭੁੱਲ ਗਿਆ ਨਵੇਂ ਸਾਲ ਦਾ ਜੀ 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 ਤੇ ਬਾਕੀ ਅਕਾਲੀ ਦਲ ਦੀ ਗੱਲ ਕਰਦੇ ਮੇਰਾ ਤੇ ਬੜਾ ਮਨ ਖੁਸ਼ ਹੋਇਆ ਇਹਨਾਂ ਨੂੰ ਵੇਖ ਕੇ ਪੋਲੀਟੀਸ਼ੀਅਨ ਦੇ ਸਾਰੇ ਮਾਮਲੇ ਚ ਇੱਕੋ ਚੀਜ਼ ਹੁੰਦੀ ਉਹਨਾਂ ਦਾ ਤੇ ਇਲੈਕਸ਼ਨ ਦਾ ਜਿੱਤਣਾ ਫਰਜ਼ ਆ ਜਿਸ ਤਰ੍ਹਾਂ ਹੁਣ ਅਕਾਲੀ ਦਲ ਹੁੰਦਾ ਸੀ ਮੋੜ ਤੋਂ ਤੁਰ ਗਏ ਲੋਕਾਂ ਨੇ ਅੰਦਰ ਜਿੱਤ ਬੈਠਿਆਂ ਵੀ ਉਹਨਾਂ ਨੂੰ ਜਿਤਾ ਦਿੱਤਾ ਸੀ ਉਹਨਾਂ ਦੀ ਜਿਹੜੀ ਪ੍ਰਧਾਨਾਂ ਦੀ ਜਿਹੜੀ ਹੁੰਦੀ ਸੀਗੀ ਤੇ ਜਿੰਨਾ ਹੀ ਕੱਟੀ ਜਾਂਦੀ ਸੀ ਅੱਜ ਹੁਣ ਜਿਹੜਾ ਚੋਰ ਆ ਉਹ ਆਈ ਜਾਂਦਾ ਉੱਥੇ ਹੁਣ ਮੋਗੇ ਦੇ ਜਾਇਦਾਰ ਤੋਤਾ ਸਿੰਘ ਹੁੰਦਾ ਸੀ ਕਿੰਨੇ ਚਿਰ ਦਾ ਉਹਨਾਂ ਜਾਇਦਾਰ ਕਰਦੇ ਸੀ ਤੇ ਵੋਟਰਾਂ ਦੇ ਮਨ ਜਾਇਦਾਰ ਹੀ ਅਕਾਲੀ ਦਲ ਦੇ ਜਾਇਦਾਰ ਹੁੰਦੇ ਆ ਤੇ ਹੁਣ ਉੱਥੋਂ ਜੈਨ ਸਾਹਿਬ ਨੂੰ ਸੀਟ ਦੇਤੀ ਤੇ ਰੋਟੀ ਨੂੰ ਮਿਲਣਾ ਰਹੇ ਤੇ ਪੁੱਛਦੇ ਵੀ ਜਾਇਦਾਰ ਹੋਣਾ ਨੂੰ ਮਿਲਾਓ ਉਹ ਹੱਸ ਗਿਆ ਹੁੰਦਾ ਸੀ ਜੈਨ ਜਾਇਦਾਰ ਹੋਣੀ ਨੀ ਜੈਨ ਸਾਹਿਬ ਸੇਬ ਕਰ ਡੇ ਆ ਅੱਜ ਦਾ ਅਕਾਲੀ ਦਲ ਏਦਾਂ ਦਾ ਬਣ ਗਿਆ ਇਲੈਕਸ਼ਨਾਂ ਦੇ ਚਲੋ ਜਿੱਤ ਹਰ ਮਨਪ੍ਰੀਤ ਉੱਧਰ ਜਿੱਤ ਗਿਆ ਬਾਬਾ ਸਾਹਿਬ ਇੱਧਰ ਆ ਗਏ ਤੇ ਕਿਰੋਂ ਦਾ ਪੁੱਤਰ ਇੱਧਰ ਆ ਗਿਆ ਸਰਦਾਰ ਸੁਰਜੀਤ ਸਿੰਘ ਦਾ ਪੁੱਤਰ ਕਾਂਗਰਸ ਚੋਂ ਸਾਰੀ ਖਾਨਦਾਨੀ ਕਾਂਗਰਸ ਚੋਂ ਇੱਧਰ ਆ ਗਏ ਨਾ ਕਾਂਗਰਸ ਚੰਗੀ ਆ ਨਾ ਅਕਾਲੀ ਚੰਗੇ ਆ ਪੋਲੀਟੀਸ਼ਨ ਕੋਈ ਵੀ ਨੀ ਚੰਗੀ ਰੱਬ ਭਲਾ ਕਰੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਪਿਆਰੇ ਦਰਸ਼ਕੋ ਤੁਹਾਡੀਆਂ ਕਾਲ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ ਕਾਲ ਲਵਾਂਗੇ ਤੁਹਾਡੀ ਤੇ ਹੁੰਦਲ ਸਾਹਿਬ ਹੋਣਾ ਨਾਲ ਵੀ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰੱਖਾਂਗਾ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗਾ ਤੁਹਾਡੇ ਇਸ ਸਾਂਝੇ ਮੰਚ ਦੇ ਉੱਤੇ ਲਓ ਲੈਂਦੇ ਹਾਂ ਇੱਕ ਬ੍ਰੇਕ
ਅਸਲੀ ਇੰਡੀਆ। हाथों की अपनी दास्तां होती है, कभी सृष्टि तो कभी विनाश, ये देखती है, कभी ये सहारा तो कभी विश्वास, सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है दो वक्त की रोटी तो वो जरूर हो शक्ति भोग आटे से बनी, अपने देश का नंबर वन आटा। तंदूरी गार्डन रेस्टोरेंट एंड बैंकेट हॉल, ऑथेंटिक इंडियन रेस्टोरेंट, जस्ट 2 miles फ्रॉम डिज्नीलैंड पार्क। इथे तुसी ले सकते हो पंजाबी तंदूरी खाने का स्वाद। साड़ी स्पेशलिटी बटर चिकन ते पंजाबी नान नाल ही अवेलेबल है। लंच बूफे $8.95। प्राइवेट पार्टीज ले बैंकेट हॉल, कैपेसिटी अप टू 250%। फॉर कैटरिंग्स एंड पार्टीज कॉन्टैक्ट सिद गांधी। तंदूरी गार्डन, 30 साउथ अनाहेम बुलेवर्ड, अनाहेम कैलिफोर्निया 92805। अपने देश की सभ्यता, अपने ही लोग, अपनी मातृभूमि आपके पास लाते हुए अपने देश की हर ग्रोसरी, आपका अपना अपना बाजार। अपना बाजार कैश एंड कैरी विद लोकेशंस इन न्यूयॉर्क एंड न्यू जर्सी। द लेटेस्ट अपना बाजार लोकेशन एंड द लार्जेस्ट इंडियन ग्रोसरी स्टोर इन न्यूयॉर्क इज नाउ ओपन इन हिक्सविल। अपना बाजार। For all your legal matters, including immigration, bankruptcy and credit card problems, divorce and family law, landlord and tenant matters, criminal and personal injury, call Gahee and Associates for a free initial personal consultation at 718-263-5999. जब कोई बात बिगड़ जाए, जब कोई मुश्किल आ जाए, तब हम आपका साथ देंगे। Anytime you have a complex immigration matter, remember, मैं हूं ना। कुनाल ज्वेलर दे गहने, वाह पई वाह क्या कहने, गहनियां नाल भर ले जाओ, घरवाली नू होर बनाओ, कुनाल ज्वेलर ते आओ, गहनियां नाल सज तज के बागो बाग हो जाओ, असी तुहाडी पसंद दे 22 अते 24 कैरेट दे कड़े, चेन, कॉइन्स, डायमंड कट बैंगल्स ऑर्डर ते तैयार करदे हां, गहनियां दी रिपेयर भी इत्थे ही करदे हां। तुसी अपनी राशि दे बर्स्टोन भी खरीद सकते हो। इस तो इलावा साड़े कोल डायमंड ज्वेलरी दी एक तो वध एक वैरायटी है। होर जानकारी ले बिट्टू नू हुणे कॉल करो 718-478-7200। याद रखो कुनाल ज्वेलर 37-08 74 स्ट्रीट जैक्सन हाइट्स न्यूयॉर्क। द वैदिक स्टोर, यूएसए दा लीडिंग आयुर्वेदिक सुपर स्टोर, जिथे हुन अवेलेबल ने प्रोडक्ट्स बाबा रामदेव, हिमालया, बैनियन बोटैनिकल्स ते नाल ही 100% ऑर्गेनिक इंडियन फूड। विजिट करो आयुर्वेदिक कंसल्टेशन ले, फायदा लो आयुर्वेदिक रेमेडीज दा अपनिया हेयर प्रॉब्लम्स, हार्ट, वेट, जॉइंट्स, डायबिटीज ते होर भी कई प्रॉब्लम्स ले। योगा क्लासेस विच भी हिस्सा लो। कॉल करो 7183234892 ते। पाव हार्ट प्रोडक्ट दी शिपिंग अपने दरवाजे ते। आज ही अपनी सेहत लई जिम्मेवार बनो। रूपल लॉ, efficient legal service providers। ਜਦੋਂ ਆਪਣੇ ਪੰਜਾਬੀ ਲੋਕਾਂ ਨੂੰ ਕੋਈ ਲੀਗਲ ਪ੍ਰੋਬਲਮ ਹੋ ਜਾਂਦੀ ਹੈ, ਉਹ ਗੋਰੇ ਵਕੀਲਾਂ ਕੋਲ ਜਾਂਦੇ ਨੇ ਜਾਂ ਕਾਲੇ ਵਕੀਲਾਂ ਕੋਲ ਜਾਂਦੇ ਨੇ, ਉਹਨਾਂ ਨੂੰ ਆਪਣੀਆਂ ਗੱਲਾਂ ਸਮਝਾਉਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। We specialize in immigration law, family law, civil litigation, wills and trusts। ਕਲਾਇੰਟਸ ਨਾਲ ਓਪਨ ਤੇ ਇਫੈਕਟਿਵ ਕਮਿਊਨੀਕੇਸ਼ਨ ਨਾਲ ਸੋਲਵ ਕਰਦੇ ਹਨ ਹਰ ਮੈਟਰ। ਮੈਂ ਚਾਹਨਾ ਕਿ ਜਿਹੜੇ ਆਪਣੇ ਇੱਥੇ ਦੇ ਪੰਜਾਬੀ ਲੋਕ ਨੇ ਇੰਡੀਅਨ ਲੋਕ ਨੇ, ਉਹਨਾਂ ਨੂੰ ਮੈਂ ਸਰਵ ਕਰਾਂ। Better solutions से free consultation ले call करो 951-241-2571। ਗੈਟ ਪੰਜਾਬੀ ਦੇ ਸੂਝਵਾਨ ਤੇ ਸਤਿਕਾਰਯੋਗ ਦਰਸ਼ਕੋ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ ਤੁਹਾਡੇ ਨਾਲ ਕਰਨ ਲਈ ਸਾਂਝੀਆਂ ਵਿਚਾਰਾਂ। ਲੋ ਲੈਣੇ ਤੁਹਾਡੀ ਕਾਲਜ ਕੀ ਨੇ, ਤੁਹਾਡੇ ਸਵਾਲ। ਹੁੰਦਲ ਜੀ ਹੁਣੀ ਸਾਡੇ ਨਾਲ ਨੇ ਅੱਜ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਕਿ ਸਰਪ੍ਰਸਤ ਨੇ, ਵਾਈਸ ਪ੍ਰੈਜੀਡੈਂਟ ਅਮਰੀਕਾ ਤੋਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਪ੍ਰਿੰਸੀਪਲ ਬੋਲਦਾ ਜੀ, ਆਪਣੇ
ਮਜ਼ਦੂਰੀ ਤੋਂ। ਹਾਂਜੀ ਪ੍ਰਿਤਪਾਲ ਜੀ ਤੁਹਾਡਾ ਸਵਾਗਤ ਹੈ ਇਸ ਮੰਚ ਦੇ ਉੱਤੇ। ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਹੁੰਦਾ ਸਾਹਿਬ ਤੋਂ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੀ ਸਵਾਲ ਹੈ ਤੁਹਾਡਾ? ਹਾਂਜੀ ਬਾਦਲ ਸਾਹਿਬ ਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਸੀਗਾ। ਬਾਦਲ ਸਾਹਿਬ ਦੇ ਜਦੋਂ ਅਸੀਂ ਪੁੱਛੀਏ ਉਹ ਕਿੱਥੇ ਹੁੰਦੇ, ਉਹ ਬਠਿੰਡੇ ਹੁੰਦੇ, ਉੱਥੇ ਸੰਗਤ ਦਰਸ਼ਨ ਕਰਦੇ ਆ, ਉਹਨਾਂ ਪੰਚਾਇਤਾਂ ਨੂੰ ਪੈਸੇ ਵੰਡਦੇ ਆ। ਕਦੀ ਕਪੂਰਥਲੇ ਜਲੰਧਰ ਤੋਂ ਮੈਂ ਕਦੀ ਸੁਣਿਆ ਹੀ ਨੀ, ਇੱਧਰ ਕਦੀ ਕਿਸੇ ਪਿੰਡ ਚੋਂ ਨੀ ਕਦੀ ਆਏ। ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਪੁੱਛਿਆ, ਬਹੁਤ ਜ਼ਿਆਦਾ ਪੰਚਾਇਤਾਂ ਨੂੰ ਮੈਂ ਪੁੱਛ ਕੇ ਆਇਆ, ਉਹ ਕਹਿੰਦੇ ਕਦੀ ਇੱਧਰਲੇ ਬੰਦੇ ਨਹੀਂ ਆਉਂਦੇ। ਸਪੈਸ਼ਲ ਜਿਹੜੇ ਹਲਕੇ ਦੇ ਵਿੱਚ ਕਾਂਗਰਸ ਦੀ ਮੈਨੂੰ ਆਪਣੀ ਗੱਲ ਦਾ ਜਵਾਬ ਦੇਣ ਦਿਓ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਤੁਸੀਂ ਕਹਿੰਦੇ ਨਾ ਤੁਹਾਡਾ ਪਿੰਡ ਕਪੂਰਥਲੇ ਜ਼ਿਲ੍ਹੇ ਵਿੱਚ ਆ, ਤੇ ਬਾਦਲ ਸਾਹਿਬ ਸਿਰਫ ਬਠਿੰਡੇ ਵਿੱਚ ਹੀ ਫੰਡ ਦੇ ਰਹੇ ਆ, ਤੁਹਾਡਾ ਭੁਲੇਖਾ ਆ। ਅਖਬਾਰਾਂ ਪੜ੍ਹਿਆ ਕਰੋ, ਇੱਥੇ ਇੰਟਰਨੈਟ 'ਤੇ ਅਜੀਤ ਪੜ੍ਹਦਿਆ ਕਰੋ, ਸਪੋਕਸਮੈਨ ਜਗ ਬਾਣੀ ਉਹਦੇ ਵਿੱਚ ਦੇਖਿਆ ਕਰੋ ਤੁਸੀਂ ਜਿਹੜੇ ਹਲਕੇ ਸਗੋਂ ਅਕਾਲੀਆਂ ਨੇ ਪਿਛਲੀ ਵਾਰ ਹਾਰੇ ਆ, ਜਿੱਥੋਂ ਕਾਂਗਰਸ ਜਿੱਤੀ ਆ, ਉਸ ਹਲਕੇ ਵਿੱਚ ਤਾਂ ਅਕਾਲੀ ਦਲ ਜ਼ਿਆਦਾ ਜ਼ੋਰ ਲਾ ਰਿਹਾ, ਕਿਉਂਕਿ ਐਤਕਾਂ ਅਕਾਲੀ ਦਲ ਨੇ ਫੈਸਲਾ ਕੀਤਾ ਵੀ ਕਾਂਗਰਸ ਤੋਂ ਉਹ ਹਲਕੇ ਖੋਹਣੇ ਆ। ਸੋ ਇਸ ਲਈ ਜੇ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਨੂੰ ਕੋਈ 1-2 ਲੱਖ ਰੁਪਈਆ ਦਿੱਤਾ ਤੇ ਤੁਹਾਡਾ ਹੱਕ ਬਣਦਾ ਕਿ 4 ਗੁਣਾ ਡੀਸੀ ਕੋਲੋਂ ਤੁਸੀਂ ਹੋਰ ਉਹਦੇ ਵਿੱਚ ਹਿੱਸਾ ਪਵਾਓ ਤੇ ਪਿੰਡ ਦੀ ਡਿਵੈਲਪਮੈਂਟ ਕਰੋ। ਜੇ ਤੁਹਾਡੇ ਹਲਕੇ ਦਾ MLA ਕਾਂਗਰਸੀ ਆ ਤੇ ਜਿਹੜਾ ਉੱਥੇ ਅਕਾਲੀ ਦਲ ਦਾ ਹਲਕਾ ਇੰਚਾਰਜ ਆ ਉਸ ਦੇ ਰਾਹੀਂ ਅਪਰੋਚ ਕਰੋ। ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਹਾਨੂੰ ਮੇਰੀ ਸੇਵਾ ਦੀ ਲੋੜ ਹੋਈ ਤੇ ਮੈਨੂੰ ਜਦੋਂ ਵੀ ਕਹੋਗੇ ਹੁਕਮ ਕਰ ਦਿਓ, ਮੈਂ ਤੁਹਾਡੀ ਸੇਵਾ ਲਈ ਹਾਜ਼ਰ ਹੋਊਂਗਾ ਜੀ। ਲਓ ਜੀ ਅਗਲੀ ਕਾਲ ਲੈਂਦੇ ਆਪਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਕੌਣ ਬੋਲਦੇ ਜੀ? ਹੈਲੋ ਹੈਲੋ ਹਾਂਜੀ ਹੁੰਦਲ ਸਾਹਿਬ, ਜਿਸ ਤਰ੍ਹਾਂ ਕਿ ਚਲੋ ਗੱਲਬਾਤ ਚੱਲਦੀ ਰਹਿਣੀ ਆਪਣੀ, ਜਿਸ ਤਰ੍ਹਾਂ ਕਿ ਹੁਣ ਜਿਹੜੀਆਂ ਤੁਹਾਡਾ ਜਿਹੜਾ ਕੋਈ ਉੱਥੇ ਜਿਹੜਾ ਚੋਣ ਪ੍ਰਚਾਰ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ, ਤੁਹਾਡੀ ਕੋਈ ਐਜ ਏ ਨੁਮਾਇੰਦੇ ਉਹਨਾਂ ਨੇ ਡਿਊਟੀ ਹੁਣ ਕੋਈ ਲਾਈ ਹੈ ਕੋਈ ਉੱਥੋਂ ਵੀ ਕੋਈ ਪ੍ਰਚਾਰ ਕਰਨ ਦੀ ਜਾਂ ਕਿਸ ਤਰ੍ਹਾਂ ਦੀ ਡਿਊਟੀ ਤੁਹਾਡੇ ਹਿੱਸੇ 'ਚ ਹੁਣ ਕੋਈ ਆਈ ਹੈ ਇਸ ਤਰ੍ਹਾਂ? ਮੱਲਾ ਸਾਹਿਬ, ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਮੈਂ ਗੜਸ਼ੰਕਰ ਦੇ ਰਹਿਣ ਵਾਲਾ ਜੀ ਜੀ, ਅਤੇ ਸਾਡਾ ਜਿਹੜਾ ਗੜਸ਼ੰਕਰ ਅਸੈਂਬਲੀ ਹਲਕਾ ਆ ਜ਼ਿਲ੍ਹੇ ਹੁਸ਼ਿਆਰਪੁਰ ਦਾ, ਇਹ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਇੱਕ ਹਿੱਸਾ ਆ। ਬਾਕੀ ਸਾਰਾ ਨਵਾਂਸ਼ਹਿਰ ਜ਼ਿਲ੍ਹਾ, ਸਾਰਾ ਰੋਪੜ ਜ਼ਿਲ੍ਹਾ ਅਤੇ ਇੱਕ ਹਲਕਾ ਮੋਹਾਲੀ ਜ਼ਿਲ੍ਹੇ ਦਾ ਇਸ ਹਲਕੇ ਦੇ ਵਿੱਚ ਬਣ ਕੇ 9 ਅਸੈਂਬਲੀ ਹਲਕਿਆਂ 'ਤੇ ਆਧਾਰਿਤ ਇਹ ਪਾਰਲੀਮੈਂਟ ਦਾ ਹਲਕਾ ਆ। ਅਤੇ ਇੱਥੋਂ ਅੱਜ ਤੋਂ ਤਕਰੀਬਨ 5-6 ਮਹੀਨੇ ਪਹਿਲਾਂ ਤੋਂ ਹੀ ਇਹ ਚਰਚਾ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਅਕਾਲੀ ਦਲ ਦੇ ਉਮੀਦਵਾਰ ਹੋਣਗੇ, ਅਤੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਮੇਰੇ ਬਹੁਤ ਹੀ ਨਿੱਕਵਾਸੀ ਮੇਰੇ ਦੋਸਤ ਵੀ ਆ, ਮੇਰੇ ਲੀਡਰ ਵੀ ਆ, ਅਤੇ ਸਾਨੂੰ ਇਕੱਠਿਆਂ ਨੂੰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਕਾਇਮ ਕਰਨ ਦਾ ਮਾਣ ਪ੍ਰਾਪਤ ਹੋਇਆ ਅਤੇ ਅਸੀਂ ਇਕੱਠੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਅਤੇ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੇ ਉਂਗਲ ਫੜ ਕੇ ਸਿਆਸਤ ਵਿੱਚ ਆਏ ਹਾਂ। ਅਤੇ ਜਦੋਂ ਆਫੀਸ਼ੀਅਲ ਤੌਰ 'ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਅਤੇ ਚੰਦੂ ਮਾਜਰਾ ਜੀ ਨੇ ਸਪੈਸ਼ਲ ਤੌਰ 'ਤੇ ਅਮਰੀਕਾ ਵਿੱਚ ਵੱਸਦੇ ਹਲਕਾ ਨਿਵਾਸੀਆਂ ਦੇ ਵਾਸਤੇ ਮੈਨੂੰ ਸੇਵਾ ਲਾਈ ਆ, ਉਹਨਾਂ ਨੇ ਮੈਨੂੰ ਇੱਥੇ ਇੰਚਾਰਜ ਬਣਾਇਆ ਅਮਰੀਕਾ ਵਿੱਚ ਆਪਣੀ ਇਲੈਕਸ਼ਨ ਦਾ। ਅਤੇ ਮੈਂ ਰੋਜ਼ 3-4 ਘੰਟੇ ਰਾਤ ਨੂੰ ਅਤੇ 3-4 ਘੰਟੇ ਸਵੇਰ ਨੂੰ ਉੱਠ ਕੇ ਕੰਮ ਕਰਦਾ ਇਲੈਕਸ਼ਨ ਲਈ, ਅਮਰੀਕਾ 'ਚ ਵੱਸਦੇ ਆਪਣੇ ਉਸ ਹਲਕੇ ਦੇ ਵੋਟਰਾਂ ਸਪੋਟਰਾਂ ਲਈ ਅਤੇ ਇੰਡੀਆ ਵਿੱਚ ਵੱਸਦੇ ਉੱਥੋਂ ਦੇ ਵੋਟਰਾਂ ਲਈ ਸਪੋਟਰਾਂ ਲਈ। ਔਰ ਮੈਨੂੰ ਇਸ ਗੱਲ ਦਾ ਦੱਸਦਿਆਂ ਹੋਇਆ ਮਾਣ ਮਹਿਸੂਸ ਹੁੰਦਾ ਕਿ ਮੈਂ ਉਸ ਇਲੈਕਸ਼ਨ ਦੇ ਵਿੱਚ ਤਨ ਮਨ ਅਤੇ ਧਨ ਦੇ ਨਾਲ ਸੇਵਾ ਕਰਨ ਲਈ ਬਹੁਤ ਸਾਰੇ ਉਹਨਾਂ ਵਿਅਕਤੀਆਂ ਨੂੰ ਚੰਦੂ ਮਾਜਰਾ ਸਾਹਿਬ ਦੇ ਨਾਲ ਜੋੜਿਆ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚ ਪਹਿਲਾਂ ਕੰਮ ਕਰਦੇ ਸੀ ਅਤੇ ਅੱਜ ਉਹ ਚੰਦੂ ਮਾਜਰਾ ਸਾਹਿਬ ਦੇ ਨਾਲ ਡਟ ਕੇ ਪ੍ਰਚਾਰ ਦੇ ਵਿੱਚ ਹਿੱਸਾ ਲੈ ਰਹੇ ਆ। ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਉਹਨਾਂ ਦੀ ਮਦਦ ਦਾ ਸਦਕਾ ਚੰਦੂ ਮਾਜਰਾ ਸਾਹਿਬ ਦੀ ਜਿਹੜੀ
ਚੋਣ ਮੁਹਿੰਮ ਆ ਬੜੀ ਤੇਜ਼ੀ ਦੇ ਨਾਲ ਚੋਣ ਤੇਜ਼ੀ ਨਾਲ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ 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 ਸਤਿ ਸ਼੍ਰੀ ਅਕਾਲ ਜੀ अमृतसर मर गया प्यारे दर्शको तुसी जिहड़ी मेरे ख्याल तुहाडी कॉल इस करके ड्रॉप हो जाती है क्योंकि तुसी टीवी का वॉल्यूम आ जिहड़ा उधर ज़्यादा ध्यान दे देंगे प्लीज़ वॉल्यूम जिहड़ा थोड़ा जिहा बंद कर लिया करो गल कर लगे हैलो सत श्री अकाल जी सत श्री अकाल जी हाँ जी वीर जी कौन बोलते हो जी कित्थों बोल रहे हो जी हरदीप सिंह चीमा बोलता जी टोरंटो तो हाँ चीमा साहब स्वागत है वीर तुहाडा की कहना चाहते हो जी मारे मैं इन्हां नूं इह पुछना चाहुंदा कि इहनां इलैक्शन च इन्ना नशा वरता रही आ अकाली दल मेरे तो नोटिस अजे तक कोई पिंड एह जिहा आया नहीं जिथे किसी ने नशा वरताया हो जे तुहानू किसे पिंड की जानकारी हैगी है कृपा करके ओनू जनतक करो कि वह नशा किने वरताया ते किहड़े पिंड दे विच किस बंदे नू वरताया गया जी जाहर करो किसे टीवी चैनल दे उत्ते ताके तुहाडे माध्यम का पता लगे कि चीमा साहब नू इह खबर आई आ ते उन्हां ने जनतक कीती आ किहड़े पिंड दे विच किथे नशा वरताया जा रहा अकाली दल ਕਿਹੜੀ ਸ਼ਬੀਲ ਲਾਈ ਹੋਈ ਆ ਅਕਾਲੀ ਦਲ ਨੇ ਓਕੇ ਪਿਆਰੇ ਦਰਸ਼ਕੋ ਬ੍ਰੇਕ ਦਾ ਸਮਾਂ ਹੋ ਗਿਆ ਤੁਹਾਡੀ ਕਾਲ ਜਿਸ ਤਰ੍ਹਾਂ ਹੀ ਲਵਾਂਗੇ ਦੁਬਾਰਾ ਬ੍ਰੇਕ ਤੋਂ ਬਾਅਦ ਲਓ ਲੈਂਦੇ ਹਾਂ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ ਤੁਹਾਡੇ ਸਾਂਝੇ ਮੰਚ ਦੇ ਉੱਤੇ ਕਰਨ ਲਈ ਤੁਹਾਡੇ ਨਾਲ ਵਿਚਾਰਾਂ ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਨਾਲ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਸੰਗਤਾਂ ਦੇ ਗੁਰੂ ਕਾ ਲੰਗਰ ਅਟੁੱਟ ਹੋਵੇਗਾ ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ 300 ਨਾਰਥ ਗ੍ਰੈਂਡ ਐਵੀਨਿਊ ਲੈਂਸਿੰਗ ਮਿਸ਼ੀਗਨ 48933 ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ flymecheap.com ਫੋਨ ਕਰੋ ਵਰਲਡ ਵਿੱਚ ਕਿਤੇ ਵੀ ਸੈ ਡਿਸਕਾਊਂਟਡ ਏਅਰਫੇਅਰ ਪ੍ਰਾਈਸਿਸ ਤੇ ਸਾਡੇ ਕੋਲ ਮਿਲੇਗੀ ਇਨਫੋਰਮੇਸ਼ਨ ਹਰ ਲੀਡਿੰਗ ਏਅਰਲਾਈਨ ਦੀ ਫਲਾਈਟਸ ਦੀ 18 ਮਿਲੀਅਨ ਐਕਸਕਲੂਸਿਵ ਫਲਾਈਟ ਇਨ ਦੁਨੀਆ ਦੇ ਕਿਸੇ ਵੀ ਕੋਨੇ ਲਈ ਜਿਸ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਬੈਸਟ ਫੇਅਰ ਡੀਲ 24/7 ਕਸਟਮਰ ਸਰਵਿਸ ਸਾਡੇ ਟੋਲ ਫ੍ਰੀ ਨੰਬਰ ਤੇ 855-359-4878 ਵਿਜ਼ਿਟ ਕਰੋ ਸਹਾਰਾ ਟੂਰਸ ਐਂਡ ਟ੍ਰੈਵਲਸ 13222 ਰੌਕਵੇ ਬੁਲੇਵਰਡ ਸਾਊਥ ਓਜ਼ਨ ਪਾਰਕ ਨਿਊਯਾਰਕ 11420 ਮਿਰਾਜ ਬੈਂਕਟ ਹਾਲ ਐਂਡ ਰੈਸਟੋਰੈਂਟ ਵੈਡਿੰਗ ਹੋਵੇ ਜਾਂ ਬਰਥਡੇ ਪਾਰਟੀ ਮਿਰਾਜ ਹੈ ਪਰਫੈਕਟ ਹਰ ਸੈਲੀਬ੍ਰੇਸ਼ਨ ਲਈ ਮਿਰਾਜ ਇੰਡੀਅਨ ਕਿਊਜ਼ਿਨ ਵਿਦ ਪ੍ਰੋਪਰ ਸਿਟਿੰਗ ਫੈਸਿਲਿਟੀ ਵਿਜ਼ਿਟਰਸ ਲਈ ਪ੍ਰਾਈਵੇਟ ਪਾਰਕਿੰਗ ਫੈਸਿਲਿਟੀ ਵੀ ਅਵੇਲੇਬਲ ਹੈ
Great Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Great Furniture can do it all. Te apni pasanda furniture kharido. Valinder Singh ji nu aaj hi call karo 718-849-4530 or 917-774-8566. Great Furniture. ग्रुप तजर्बेकार वकीला दी टीम जिन्हां नूं महारत हासिल है इमीग्रेशन इंक्लूडिंग असाइलम डिपोर्टेशन डिफेंस फैमिली एम्प्लॉयमेंट एंड इन्वेस्टमेंट बेस्ड इमीग्रेशन एथे हर तरह दे क्रिमिनल केसेस जिवें वायलेशन टैक्सी लिमोजिन कमीशन दे मामले रेजिडेंशियल अते कमर्शियल क्लोजिंग डाइवोर्स केसेस बिल अते ट्रस्ट रिलेटेड केसेस भी सॉल्व कीते जांदे ने क्लाइंट्स दी सुविधा लई साडियां ब्रांचेस हर मेजर ट्रेन लाइन्स दे नजदीक हन AJZE 4523 ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ ਅਸੀਂ ਬੋਲਾਂਗੇ ਤੁਹਾਡੀ ਬੋਲੀ ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888-824-7227 ਅਤੇ 917-728-0049 America's favorite fashion store. Visit our showroom in Chicago and New Jersey or online at sahil.com. Gina Jewelers, Sacramento, California. Ethe available at 22 carat gold jewelry te gold coins. Assi karde ha gold coins di shipping pure USA vich. Exclusive variety bridal sets te bangles vich. ਕਸਟਮਰਸ ਦੀ ਤਸੱਲੀ ਲਈ ਗੋਲਡ ਪਿਓਰਿਟੀ ਚੈੱਕ ਕਰਨ ਲਈ ਕੰਪਿਊਟਰਾਈਜ਼ਡ ਮਸ਼ੀਨ ਅਸੀਂ ਪੇ ਕਰਦੇ ਹਾਂ ਟੌਪ ਡਾਲਰਸ ਤੁਸੀਂ ਆਪਣੀ ਜਿਊਲਰੀ ਕਿਹੜੇ ਵੀ ਰੱਖ ਸਕਦੇ ਹੋ ਲੋਨ ਫੋਰ ਗੋਲਡ ਆਪਣਾ ਸੋਨਾ ਰੱਖੋ ਤੇ ਲੈ ਜਾਓ ਕੈਸ਼ ਫੋਰ ਐਨੀ ਇਨਕੁਆਇਰੀ ਕਾਲ ਇੰਦਰਜੀਤ ਸਿੰਘ ਜਾਂ ਵਿਜ਼ਿਟ ਕਰੋ ਚੀਨਾ ਜਿਊਲਰਸ ਕਿਊਰੇਟ ਐਸਟ੍ਰੋ ਐਸਟ੍ਰੋਲੋਜੀ ਵਿੱਚ 25 ਸਾਲਾਂ ਦਾ ਸਫਲ ਤਜਰਬਾ ऐसे हल जो सॉल्व करते हैं तुहाडी हर प्रॉब्लम सिर्फ 7 दिनां विच जिवें मैरिज लव डिवोर्स रिलेशनशिप जॉब या फैमिली प्रॉब्लम्स नाल ही अवेलेबल हैं एस्ट्रो जेमस्टोन से रुद्राक्ष अपनी किसी भी समस्या लिए आज ही कॉल करो लवलीन दीदी फोन 714-713-5732 ते ਸਤਿ ਸ਼੍ਰੀ ਅਕਾਲ ਜੀ ਉਦਾਸ ਕਿਉਂ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਇਆ ਤੁਹਾਡੇ ਸਾਂਝੇ ਵਾਚ ਦੇ ਉੱਤੇ ਜਾਨਣ ਲਈ ਤੁਹਾਡੇ ਵਿਚਾਰ ਤੇ ਹੁੰਦਲ ਸਾਹਿਬ ਨੂੰ ਤੁਸੀਂ ਜੇਕਰ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਪੁੱਛ ਸਕਦੇ ਹੋ ਕਿਉਂਕਿ
ਬੇਨਤੀ ਕਰਦਾ ਜੀ, ਅਕਾਲੀ ਦਲ ਬੜੀ ਕੁਰਬਾਨੀਆਂ ਦੀ ਪਾਰਟੀ ਆ, ਕੁਰਬਾਨੀਆਂ ਕੀਤੀਆਂ ਨੇ ਇਹਨੇ, ਪਰ ਜਦੋਂ ਕੁਰਬਾਨੀਆਂ ਕੀਤੀਆਂ ਜਾ ਰਹੀਆਂ ਪੰਜਾਬ ਛੋਟਾ ਹੁੰਦਾ ਜਾਂ ਤੇ ਕਹਿੰਦੇ ਨੇ ਵੀ ਅਕਾਲੀ ਦਲ ਹੁਣ ਪੰਜਾਬ ਦੀ ਸਾਈਕਲ ਦੀ ਬ੍ਰੇਕ ਹੋਵੇ ਤੇ ਪੰਜਾਬ ਕਰਾਸ ਹੋ ਜਾਂਦਾ। ਦੂਸਰੀ ਗੱਲ ਇਹ ਹੈ ਵੀ ਅਕਾਲੀ ਦਲ ਦੇ ਰਾਜ ਵਿੱਚ ਜਿਹੜੀ ਕਿ ਸਿੱਖਾਂ ਦੀ ਅਗਵਾਈ ਕਰਦੀ ਆ ਜਥੇਦਾਰਾਂ ਦੀਆਂ ਪੱਗਾਂ ਲੱਥਣਡੀਆਂ ਨੇ, ਕਦੀ ਜਥੇਦਾਰ ਮਹਾਰਾਜੇ ਨੂੰ ਖੋਲਾ ਬਣਾ ਕੇ ਕੋਲੇ ਮਾਰਦੇ ਹੁੰਦੇ ਸੀਗੇ। ਇਸੀ ਗੱਲ ਵੀ ਜਿਹੜੇ ਜਿਮੀਦਾਰ ਨੇ ਜਿਮੀਦਾਰਾਂ ਦੀ ਰਹਿਨੁਮਾਈ ਕਰਦੇ, ਜਿਮੀਦਾਰ ਆਤਮ ਹੱਤਿਆ ਪੰਜਾਬ ਚ ਸਭ ਤੋਂ ਵੱਧ ਕਰ ਰਹੇ ਆ। ਪਹਿਲੀ ਗੱਲ ਤਾਂ ਇਹ ਪੰਜਾਬ ਤੁਸੀਂ ਕਹਿੰਦੇ ਹੋ ਛੋਟਾ ਹੋ ਗਿਆ, ਦੇਖੋ ਇਹ ਅਕਾਲੀ ਦਲ ਦੇ ਵਸ ਦੀ ਗੱਲ ਨਹੀਂ,
1947 देश की वंड हुई तो पंजाब 60% जिहड़ा सी ओह पाकिस्तान वाले पासे चले गया। उस तो बाद साढ़े नाल बोली का वितकरा होया ते अकाली दल ने पंजाबी सूबे की मंग रखी। बाकी स्टेटां जिहड़ियां सी बोली के आधार से बन गई, अकाली दल ने पंजाबी सूबे की मंग मोर्चे ला के पूरी करवाई। तो जदों का 1966 तो बाद पंजाबी सूबा बनया, उस तो बाद तो पंजाब छोटा नहीं होया जी। उस तो बाद तो जिन्ना पंजाब सी, पंजाब ने जिनी तरक्की की आप सारे जानते हैं। उस पंजाब दे विच रहिंदिया होया देखो श्रोमणी अकाली दल 1967 तो सरकार बनाउण लग्या। 1967 8 महीनों बाद सरकार तोड़ती गई, फिर 1969 विच अकाली दल ने बनाई, फिर 8 महीनों बाद तोड़ दित्ती, ते 1977 विच 2 साल बाद सरकार तोड़ी। 1992 दे विच जिहड़ी सरकार सी उह पूरे 5 साल चली आ, ते हुण जिहड़ी आ 2002 तो लैके हुण 2007 तो लैके हुण चली आउंदी आ। अकाली दल नूं तां राज करन दा सारा 15-16 साल मौका मिलिया, जदों के कांग्रेस ने 45 साल तो वध पंजाब दे विच राज कीता आ। अगली कॉल लैंदे आ। हैलो, सत श्री अकाल जी। हैलो हैलो, हाँ जी हुंदल साहब, एक सवाल होर है तुहाडे लई। हाँ जी। जिस तरह के पिछला NRI सम्मेलन होके हटिया पिछली बारी, काफी जिहड़े विदेशां तों अपने जिहड़े उत्थे बंदे पहुंचे है ना, ते हुण जिहड़ा NRI जिहड़ियां मुश्किलां ने NRI नूं आउंदियां पंजाब दे विच जाके, ਉਹਨਾਂ ਲਈ ਕੀ ਕੀਤਾ ਅਕਾਲੀ ਸਰਕਾਰ ਨੇ? ਜਾਂ ਮੰਨ ਲੈਂਦੇ ਹਾਂ ਕਿ ਜੇ ਅਕਾਲੀ ਸਰਕਾਰ ਜਿੱਤ ਜਾਂਦੀ ਆ, ਆਉਣ ਵਾਲੇ ਟਾਈਮ ਇਹਨਾਂ ਦਾ ਜਿਹੜਾ ਪੰਜਾਬ ਦੇ ਉੱਤੇ ਵੀ ਇਹਨਾਂ ਦਾ ਰਾਜ ਆ, ਅਤੇ ਸਾਰੇ ਭਾਰਤ ਦੇ ਉੱਤੇ ਵੀ ਜਿਹੜਾ ਉਹ ਇਹਨਾਂ ਦਾ ਗੱਠਜੋੜ ਹੋ ਕੇ ਜਿਹੜੀ ਸਰਕਾਰ ਬਣ ਜਾਂਦੀ ਆ, ਕੀ NRI ਲਈ ਕੀ ਉਹਨਾਂ ਦੀਆਂ ਮੁਸ਼ਕਲਾਂ ਉਵੇਂ ਹੀ ਖੜੀਆਂ ਰਹਿਣਗੀਆਂ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਕੋਈ ਮਾੜਾ ਮੋਟਾ ਹੱਲ ਹੋਊਗਾ? ਮੱਲਾ ਸਾਹਿਬ, ਪਹਿਲੀ ਤਾਂ ਬੇਨਤੀ ਇਹ ਆ ਕਿ ਪੰਜਾਬ ਦੀ ਬਦਕਿਸਮਤੀ ਰਹੀ ਹੈ ਕਿ ਪੰਜਾਬ 'ਚ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਅਤੇ ਦਿੱਲੀ ਵਿੱਚ ਸੈਂਟਰ ਵਿੱਚ ਕਾਂਗਰਸ ਰਾਜ ਕਰਦੀ, ਅਤੇ ਕਾਂਗਰਸ ਪੰਜਾਬ ਦੇ ਨਾਲ ਪੂਰਾ ਮਤਰੇਈ ਮਾਂ ਨਾਲੋਂ ਵੀ ਵੱਧ ਵਿਤਕਰਾ ਕਰਦੀ ਹੈ। ਜਿਹੜੀਆਂ ਸਾਡੀਆਂ ਜਾਇਜ਼ ਸਾਡੀਆਂ ਹੱਕੀ ਮੰਗਾਂ ਆ ਉਹ ਵੀ ਉੱਥੋਂ ਪੂਰੀਆਂ ਨਹੀਂ ਹੁੰਦੀਆਂ, ਲੇਕਿਨ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਡਿਪਟੀ ਮੁੱਖ ਮੰਤਰੀ ਸਾਹਿਬ ਜਦੋਂ ਜਾਇਦ ਕਰਕੇ ਕੁਛ ਨਾ ਕੁਛ ਆਪਣੇ ਪਰਸਨਲ ਅਸਰ ਸੂਖ ਦੇ ਨਾਲ ਉੱਥੋਂ ਲਿਆਉਂਦੇ ਰਹੇ ਆ। ਅਤੇ ਮੈਨੂੰ ਹੁਣ ਇਹ ਆਸ ਆ ਕਿ ਜਿਵੇਂ ਥੋੜ੍ਹਾ ਸਮਾਂ ਪਹਿਲਾਂ ਵਾਜਪਾਈ ਸਾਹਿਬ ਜਦੋਂ ਪ੍ਰਧਾਨ ਮੰਤਰੀ ਸੀ, ਉਸ ਵੇਲੇ ਬਾਦਲ ਸਾਹਿਬ ਨੇ ਪੰਜਾਬ ਲਈ ਬਹੁਤ ਕੁਛ ਲੈ ਕੇ ਆਉਂਦਾ, ਅਤੇ ਹੁਣ ਭਵਿੱਖ ਦੇ ਵਿੱਚ ਇਹ ਗੱਲ ਮੈਂ 100% ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਮਈ ਦੀ 16 ਤਰੀਕ ਨੂੰ BJP ਮੈਜੋਰਟੀ ਲਊਗੀ, ਅਕਾਲੀ ਦਲ ਉਸ ਸਰਕਾਰ ਦੇ ਵਿੱਚ ਭਾਈਵਾਲ ਹੋਊਗਾ, ਅਤੇ ਉਸ ਸਰਕਾਰ ਦੇ ਵਿੱਚੋਂ ਅਕਾਲੀ ਦਲ ਜਿੰਨਾ ਵੀ ਵੱਧ ਤੋਂ ਵੱਧ ਪੰਜਾਬ ਦੇ ਵਾਸਤੇ ਆਪਣੇ ਹੱਕ ਹੈਗੇ ਆ ਉਹ ਲੈ ਕੇ ਆਊਗਾ। ਅਤੇ NRI ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਤੁਸੀਂ ਇਸ ਗੱਲ ਨੂੰ ਮੀਡੀਏ ਵਾਲੇ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਦੀ ਅਕਾਲੀ ਦਲ ਦੀ ਸਰਕਾਰ ਬਣੀ ਆ, ਦੇਖੋ NRI ਦੇ ਵਾਸਤੇ ਵੱਖਰੇ ਥਾਣੇ ਮੁਕਰਰ ਕੀਤੇ ਗਏ ਆ, ਵੱਖਰੀਆਂ ਕੋਰਟਾਂ ਮੁਕਰਰ ਕੀਤੀਆਂ ਗਈਆਂ, ਔਰ NRI ਨੂੰ ਜਿੰਨੀਆਂ ਸਹੂਲਤਾਂ ਅਕਾਲੀ ਸਰਕਾਰ ਨੇ ਦਿੱਤੀਆਂ, ਕਾਂਗਰਸ ਨੇ ਤਾਂ ਕਦੇ ਸਹੂਲਤ ਦੇਣੀ ਤਾਂ ਇੱਕ ਪਾਸੇ ਰਿਹਾ, ਕਾਂਗਰਸ ਤਾਂ ਸਹੂਲਤਾਂ ਖੋਹਦੀ ਰਹੀ ਆ। ਸੋ ਆਹ ਜਿਹੜੇ ਹੁਣ NRI ਸੰਮੇਲਨ ਇਸ ਸਾਲ ਵੀ ਹੋਇਆ ਜਨਵਰੀ ਦੇ ਵਿੱਚ, ਉਸ ਸੰਮੇਲਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ, ਡਿਪਟੀ ਮੁੱਖ ਮੰਤਰੀ ਸਾਹਿਬ ਨੇ ਅਤੇ ਬਾਕੀ ਸਮੁੱਚੀ ਕੈਬਨਿਟ ਨੇ ਜਿਹੜੇ ਵਾਅਦੇ ਕੀਤੇ ਆ NRI ਦੇ ਨਾਲ, ਉਹ ਪਹਿਲਾਂ ਵੀ ਪੂਰੇ ਹੁੰਦੇ ਰਹੇ ਆ ਅਤੇ ਹੋਣਗੇ ਵੀ। ਅਤੇ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਕਿ ਆਮ ਤੌਰ 'ਤੇ ਸਾਡੀਆਂ ਜਿਹੜੀਆਂ ਮੰਗਾਂ ਇੱਥੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ, ਉਹ ਕੌਂਸਲੇਟ ਜਨਰਲ ਜਾਂ ਹਾਈ ਕਮਿਸ਼ਨਰ ਦੇ ਦਫ਼ਤਰ ਤੱਕ ਹੁੰਦੀਆਂ। ਤਾਂ ਮੈਂ ਇੱਕ ਬੇਨਤੀ ਕਰਾਂ ਕਿ ਸਟੇਟ ਦਾ ਕੋਈ ਵੀ MLA ਮੰਤਰੀ ਜਦੋਂ ਵੀ ਕਦੇ ਆਉਂਦਾ ਆ ਤਾਂ ਕੌਂਸਲੇਟ ਜਨਰਲ ਜਿਹੜਾ ਆ ਉਹਦਾ ਉਹ ਸਵਾਗਤ ਨਹੀਂ ਕਰਦਾ, ਲੇਕਿਨ ਪਾਰਲੀਮੈਂਟ ਦਾ ਮੈਂਬਰ ਜਦੋਂ ਵੀ ਕੋਈ ਖਾਸ ਤੌਰ 'ਤੇ ਰੂਲਿੰਗ ਪਾਰਟੀ ਦਾ ਆਵੇ ਜਾਂ ਕੋਈ ਓਪੋਜੀਸ਼ਨ ਦਾ ਵੀ ਆਵੇ ਤਾਂ ਉਹ ਕੌਂਸਲੇਟ ਜਨਰਲ ਆਫਿਸ ਵਾਲੇ ਉਹਦਾ ਸਵਾਗਤ ਕਰਦੇ ਆ, ਉਹਦੀ ਗੱਲ ਸੁਣਦੇ ਆ, ਮੰਨਦੇ ਆ। ਅਤੇ ਸਾਨੂੰ ਆਸ ਆ ਕਿ ਹੁਣ ਅਕਾਲੀ ਦਲ ਦੇ ਨੁਮਾਇੰਦੇ ਜਦੋਂ ਪੰਜਾਬ 'ਚੋਂ
ਵੱਡੀ ਗਿਣਤੀ ਵਿੱਚ ਜਿੱਤਣਗੇ, ਉਹ ਮੰਤਰੀ ਵੀ ਬਣਨਗੇ ਅਤੇ ਉਹਨਾਂ ਦੇ ਜਿਹੜੇ ਐਮ ਪੀ ਆ ਜਦੋਂ ਵਿਦੇਸ਼ਾਂ ਦੇ ਵਿੱਚ ਆਉਣਗੇ ਤਾਂ ਵਿਦੇਸ਼ਾਂ ਵਿੱਚ ਵੱਸਦੇ ਜਿਹੜੇ ਐਨ ਆਰ ਆਈਜ਼ ਆ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਵੱਧ ਤੋਂ ਵੱਧ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਅਸੀਂ ਅਕਾਲੀ ਦਲ ਦੇ ਸਾਰੇ ਵਰਕਰ ਔਰ ਅਕਾਲੀ ਦਲ ਦੇ ਆਗੂ ਜਿਹੜੇ ਆ ਤਨੋਂ ਮਨੋਂ ਪੰਜਾਬੀਆਂ ਦੀ ਸੇਵਾ ਕਰਨ ਲਈ ਹਾਜ਼ਰ ਹਾਂ ਜੀ। ਲਓ ਜੀ ਕਾਲ ਲੈਂਦੇ ਆਪਾਂ। ਸਤਿ ਸ੍ਰੀ ਅਕਾਲ ਜੀ। ਪਿਆਰੇ ਦਰਸ਼ਕੋ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਇਹ ਗੱਲਬਾਤ ਨੂੰ ਆਪਾਂ ਹੋਰ ਨਿਰੰਤਰ ਜਾਰੀ ਰੱਖੀਏ, ਕਿਉਂਕਿ ਬਹੁਤ ਸਾਰੀਆਂ ਕਾਲਜ ਜਿਹੜੀਆਂ ਤੁਹਾਡੀਆਂ ਆ ਰਹੀਆਂ, ਪਰ ਮੈਂ ਸਮੇਂ ਦੀ ਘਾਟ ਕਰਕੇ ਕਾਲ ਦਾ ਜਿਹੜਾ ਉਹ ਮੈਂ ਨਹੀਂ ਲੈ ਸਕਦਾ। ਪਰ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਜੇਕਰ ਤੁਹਾਡੀ ਕਾਲਜ ਜਾਂ ਤੁਹਾਡੇ ਸੁਝਾਅ ਜਿਹੜੇ ਉਹ ਨਹੀਂ ਲਏ ਗਏ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ balwant@getpunjabi.tv ਦੇ ਉੱਤੇ, ਅਤੇ ਉਸ ਦੇ ਉੱਤੇ ਤੁਸੀਂ ਆਪਣੇ ਜਿਹੜੇ ਉਹ ਵਿਚਾਰ ਦੱਸ ਸਕਦੇ ਹੋ। ਪਰ ਜਾਂਦੇ ਜਾਂਦੇ ਜੋ ਕਾਲਜ ਇਸ ਵਕਤ ਹੋਲਡ 'ਤੇ ਨੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਪਿਆਰੇ ਦਰਸ਼ਕੋ, ਸਮਾਂ ਬਿਲਕੁਲ ਖਤਮ ਹੋ ਗਿਆ, ਇਸ਼ਾਰੇ ਆ ਰਹੇ ਨੇ। ਲਓ ਮਾਫ਼ੀ ਚਾਹਾਂਗਾ ਤੁਹਾਤੋਂ ਕਿ ਕਾਲਜ ਜਿਹੜੀਆਂ ਹੋਰ ਨਹੀਂ ਲਈਆਂ ਜਾ ਸਕਦੀਆਂ, ਅਤੇ ਤੁਹਾਡਾ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁੰਦਲ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਪਿਆਰੇ ਦਰਸ਼ਕਾਂ ਦੇ ਨਾਲ ਰੂਬਰੂ ਹੋਏ, ਆਪਣੀਆਂ ਗੱਲਾਂ ਕੀਤੀਆਂ, ਉਹਨਾਂ ਦੀਆਂ ਗੱਲਾਂ ਸੁਣੀਆਂ, ਅਤੇ ਤੁਹਾਡਾ ਵੀ ਇਸ ਸਟੂਡੀਓ ਦੇ ਵਿੱਚ ਆਉਣ 'ਤੇ ਬਹੁਤ ਬਹੁਤ ਸਵਾਗਤ ਜੀ। ਤੁਹਾਡਾ ਅਸੀਂ ਧੰਨਵਾਦ ਕਰਦੇ ਕਿ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਕੱਢਿਆ, ਅਤੇ ਥੈਂਕ ਯੂ ਸੋ ਮੱਚ ਜੀ। ਪਿਆਰੇ ਦਰਸ਼ਕੋ, ਫਿਰ ਇੱਕ ਵਾਰੀ ਜੇਕਰ ਤੁਹਾਡੀ ਕਾਲਜ ਰਹਿ ਗਈਆਂ ਹੋਣ ਤਾਂ ਤੁਸੀਂ ਮੈਨੂੰ ਕਾਲ ਕਰੋ balwant@getpunjabi.tv ਦੇ ਉੱਤੇ, ਅਤੇ ਮਿਲਾਂਗੇ ਕੱਲ੍ਹ ਨੂੰ ਨਵੇਂ ਵਿਸ਼ੇ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਬੋਲੀ, ਆਪਣੀ ਪਹਿਚਾਣ, ਪੰਜਾਬ।